ਲੋਹੀਆਂ ਖਾਸ ਦੇ ਇਲਾਕੇ 'ਚ ਪਾਣੀ ਵੱਧਦਾ ਹੋਇਆ ਹੁਣ ਪਿੰਡ ਕਿੱਲੀਵਾੜਾ ਵਾੜਾ ਜੋਤ ਸਿੰਘ ਵਾਲੇ ਪਾਸੇ ਨੂੰ ਹੋ ਚੱਲਿਆ। ਇਸ ਪਿੰਡ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਔਰ ਪਿੰਡ ਦੇ ਅੰਦਰ ਹੌਲੀ ਹੌਲੀ ਪਾਣੀ ਵੜਦਾ ਜਾ ਰਿਹਾ। ਗਿੱਦੜ ਵਿੰਡੀ ਦੇ ਹਾਲਾਤ ਤੁਹਾਨੂੰ ਦਿਖਾਏ ਹੈ ਔਰ ਕਈ ਪਿੰਡ ਦਾਰੇ ਵਾਲੇ ਤੋਂ ਅੱਗੇ ਦੇ ਪਿੰਡ ਜਿੰਨੇ ਸੀਗੇ ਉਹ ਸਾਰੇ ਪਿੰਡ ਡੁੱਬ ਚੁੱਕੇ ਆ, ਉੱਥੋਂ ਤੱਕ ਐਕਸੈਸ ਜਿਹੜਾ ਨਹੀਂ ਰਹਿ ਗਿਆ। ਹੁਣ ਹੌਲੀ ਹੌਲੀ ਅਗਲੇ ਪਿੰਡ ਵੀ ਡੁੱਬਦੇ ਜਾ ਰਹੇ ਆ। ਕੈਮਰਾਮੈਨ ਨੂੰ ਕਹੂੰਗਾ ਕਿ ਅਗਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਪਾਣੀ ਹੌਲੀ ਹੌਲੀ ਹੁਣ ਅੰਦਰ ਜਾ ਰਿਹਾ, ਪਾਣੀ ਜਿਹੜਾ ਵੱਧਦਾ ਜਾ ਰਿਹਾ ਲਗਾਤਾਰ। ਹਾਲਾਂਕਿ ਲੋਕ ਜਿਹੜੇ ਨੇ ਉਹ ਆਪੋ ਆਪਣਾ ਸਮਾਨ ਜਿਹੜਾ ਕੱਢ ਕੇ ਬਾਹਰ ਲਿਆ ਚੁੱਕਿਆ। ਬਾਪੂ ਜੀ, ਲੋਕ ਸਮਾਨ ਸਮੂਨ ਆਪਣਾ ਕੱਢ ਲਿਆ ਜੀ? ਹਾਂਜੀ, ਕੁਛ ਜਿਹੜੇ ਲੋਕ ਵਾ ਨਾ ਸਮਾਨ ਆਪਦਾ ਕੱਢ ਕੇ ਲੈ ਗਏ ਆ ਅਤੇ ਕਈਆਂ ਦੇ ਕੋਲ ਆਪਦਾ ਜਿਹੜਾ ਜਗਾਰਮੈਂਟ ਹੈਗਾ ਵਾ ਉਹਨਾਂ ਨੇ ਨਹੀਂ ਕੱਢਿਆ, ਹਾਲੇ ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਵੜਿਆ ਅਤੇ ਇਸ ਕਰਕੇ ਸਮਾਨ ਬਹੁਤ ਜ਼ਿਆਦਾ ਪੈਂਡੀ ਆ। ਕੁਝ ਘਰ ਜਿਨ੍ਹਾਂ ਦੇ ਕੋਲ ਕੋਈ ਡੇਰਿਆਂ ਦੇ ਵਿੱਚ ਸੀਗੇ ਜਾਂ ਜਿਨ੍ਹਾਂ ਦੇ ਘਰ ਨੀਵੇਂ ਆ ਉਹਨਾਂ ਨੇ ਸਮਾਨ ਆਪਦਾ ਕੱਢ ਕੇ ਪਿੰਡ ਵਿੱਚ ਹੀ ਐਡਜਸਟ ਕੀਤਾ ਵਾ, ਬਾਹਰ ਇੰਨਾ ਜ਼ਿਆਦਾ ਸਮਾਨ ਨਹੀਂ ਗਿਆ। ਇੱਕ ਦੋ ਘਰ ਜਿਹੜੇ ਆ ਉਹ ਪਸ਼ੂਆਂ ਨੇ ਉਹ ਬਾਹਰ ਘਲਾਏ ਆ, ਬਾਕੀ ਤਕਰੀਬਨ ਪਸ਼ੂ ਵੀ ਸਾਰੇ ਇੱਥੇ ਆ ਅਤੇ ਬੰਦੇ ਵੀ ਸਾਰੇ ਇੱਥੇ ਹੀ। ਅਤੇ ਪਹਿਲਾਂ ਵੀ ਐਂ ਹੜ੍ਹ ਆਉਂਦੇ ਐਂ ਪਿੰਡ ਇਹ ਵਾਲੇ ਡੁੱਬ ਜਾਂਦੇ ਆ? ਹਾਂਜੀ, ਪਹਿਲਾਂ 88 ਦਾ ਹੜ੍ਹ ਵੀ ਆਇਆ, 85 ਵਾਲਾ ਵੀ ਆਇਆ, 91 ਵਾਲਾ ਵੀ ਆਇਆ, ਇਹ 3-4 ਹੜ੍ਹ ਜਿਹੜੇ ਆ ਵੱਡੇ ਆ ਚੁੱਕੇ ਆ ਅਤੇ ਜਦੋਂ ਆ ਬੰਨ ਨਹੀਂ ਲੱਗੇ ਹੁੰਦੇ ਸੀ ਉਦੋਂ ਹਰ ਸਾਲ ਹੀ ਸਾਡੇ ਪਿੰਡ ਵਿੱਚ ਪਾਣੀ ਜਿਹੜਾ ਉਹ ਆਉਂਦਾ ਹੁੰਦਾ ਸੀ। ਪਾਣੀ ਦਾ ਪ੍ਰੈਸ਼ਰ ਜਿਹੜਾ ਹੈ, ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਟਰੈਕਟਰ ਨੂੰ ਵੀ ਪਾਣੀ ਪਰਲੇ ਪਾਸੇ ਨੂੰ ਧੱਕ ਰਿਹਾ। ਜਿਸ ਤਰ੍ਹਾਂ ਬਜ਼ੁਰਗ ਜਿਹੜੇ ਟਰੈਕਟਰ ਚਲਾ ਰਹੇ ਉਹ ਸਾਨੂੰ ਦੱਸ ਰਹੇ ਹੈ ਕਿ ਪ੍ਰੈਸ਼ਰ ਕਰਕੇ ਪਾਣੀ ਵਾਹਣ ਵੱਲ ਨੂੰ ਜਿਹੜਾ ਟਰੈਕਟਰ ਹੈ ਉਹ ਜਾਂਦਾ। ਲੋਕ ਅੱਗੋਂ ਆਉਂਦੇ ਹੋਏ ਨਜ਼ਰ ਆ ਰਹੇ ਆ, ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੇ ਲੋਕ ਨੇ ਉਹ ਆਪੋ ਆਪਣਾ ਸਮਾਨ ਚੱਕ ਕੇ ਪਿੰਡ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਘਰ ਉੱਚੇ ਹੈ ਉਹ ਲੋਕ ਤਾਂ ਆਪੋ ਆਪਣਾ ਸਮਾਨ ਕੱਢ ਕੇ ਛੱਤਾਂ 'ਤੇ ਬਹਿ ਗਏ ਆ, ਪਰ ਗੱਲ ਨੀਵਿਆਂ ਦੀ ਹੈ। ਹੌਲੀ ਹੌਲੀ ਲੈਵਲ ਜਿਹੜਾ ਉਹ ਵੱਧਦਾ ਜਾ ਰਿਹਾ। ਪਿਛਲੀ ਵਾਰ ਕਿੰਨਾ ਕੁ ਹੋ ਗਿਆ ਸੀ ਜੀ ਪਾਣੀ? ਪਿਛਲੀ ਵਾਰ ਜਿਹੜੇ ਸਾਡੇ ਘਰਾਂ ਦੇ ਵਿੱਚ ਜਿਹੜਾ ਵਾ ਪਾਣੀ ਵੜ ਗਿਆ ਸੀਗਾ, ਜਿਹੜੇ ਤੰਦਰੇ ਆ ਸਾਡੇ ਘਰ ਦੇ ਵਿੱਚ ਵੀ ਤਿੰਨ ਚਾਰ ਫੁੱਟ ਜਿਹੜਾ ਪਾਣੀ ਆ ਉਹ ਵੜ ਗਿਆ ਸੀਗਾ। ਇਸ ਕਰਕੇ ਐਲਗੀ ਜਿਹੜਾ ਵਾ ਪਾਣੀ ਸਲੋ ਆਇਆ ਥੋੜ੍ਹਾ ਜਿਹਾ, ਉਸ ਕਰਕੇ ਪਾਣੀ ਹਾਲੇ ਸਾਡੇ ਜਿਹੜਾ ਪਿੰਡ ਵਿੱਚ ਜਿਹੜਾ ਉਹ ਨਹੀਂ ਵੜਿਆ। ਅਤੇ ਜਦੋਂ 88 ਦਾ ਆਇਆ ਸੀਗਾ ਉਦੋਂ ਆ ਵੱਡੀਆਂ ਸੜਕਾਂ ਜਿਹੜੀਆਂ ਇਹ ਟੁੱਟ ਗਈਆਂ ਸੀ ਅਤੇ ਰੇਲ ਵਾਲੀ ਸੜਕ ਵੀ ਟੁੱਟ ਗਈ ਅਤੇ ਯਕਦਮ ਜਿਹੜਾ ਪਾਣੀ ਸੀ ਉਹ ਪਿੰਡ ਜਾ ਗਿਆ ਸੀ ਅਤੇ ਪਿੰਡ ਵਿੱਚ ਸਾਡੇ ਸਾਰੇ ਪਾਣੀ ਜਿਹੜਾ ਸੀਗਾ ਉਹ ਵੜ ਗਿਆ ਸੀ। ਐਰਕੀ ਪਾਣੀ ਐਰਕੀ ਖੇਤਾਂ ਦੇ ਵਿੱਚ ਜਿਹੜਾ ਵਾ ਪਾਣੀ ਉਹ ਜ਼ਿਆਦਾ ਵਾ, ਹਾਲੇ ਹੌਲੀ ਹੌਲੀ ਹੋਣ ਕਰਕੇ ਜਿਹੜਾ ਪਿੰਡ ਵਿੱਚ ਵਾ ਉਹ ਪਾਣੀ ਜਿਹੜਾ ਨਹੀਂ ਚੜਿਆ। ਤਸਵੀਰਾਂ ਲਗਾਤਾਰ ਦਿਖਾਈਆਂ ਕੈਮਰਾ ਪਰਸਨ ਜਸਪ੍ਰੀਤ ਸਿੰਘ ਦੇ ਨਾਲ, ਸਿਮਰਨਜੋਤ ਸਿੰਘ, ਡੇਲੀ ਪੋਸਟ, ਲੋਹੀਆਂ ਖਾਸ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ 1 ਮੋਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90-419-90-419।